ਕੁਛ ਵੀ ਨਹੀਂ ਅਸੀਂ ਕਦੀ ਲੜੇ ਨਹੀਂ ਕਿਸੇ ਨਾਲ ਵੀ। ਉਹ ਕੋਈ ਗੁਆਂਢੀ ਆਇਆ ਤੇ ਤੁਹਾਡੇ ਮੁੰਡੇ ਦੇ ਸੱਟਾਂ ਲੱਗੀਆਂ ਤੇ ਉਹਨੂੰ ਤੁਹਾਡੇ ਮੁੰਡੇ ਅਮਨ ਦੀ ਬਸਤਾ ਲੈ ਕੇ ਗਏ ਆਓ ਤੇ ਕਹਿੰਦਾ ਘੰਟੇ ਦੇ ਵਿੱਚ ਵਿੱਚ ਆਹ ਵਾਲਾ ਕਿਊ ਆਰ ਆ ਇਹਦੇ ਤੇ 20,000 ਰੁਪਏ ਪਾ ਦੇ। ਪੁਲਿਸ ਥਾਣੇ ਦੇ ਬਾਹਰ ਇੱਕ ਨੌਜਵਾਨ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਦਰਅਸਲ ਕਿਹਾ ਜਾ ਰਿਹਾ ਕਿ ਕੁਝ ਬਦਮਾਸ਼ ਇਸ ਨੌਜਵਾਨ ਦੇ ਮਗਰ ਪਏ ਹੋਏ ਸੀ ਤੇ ਇਹ ਨੌਜਵਾਨ ਆਪਣੀ ਜਾਨ ਬਚਾਉਣ ਦੇ ਲਈ ਜਦੋਂ ਥਾਣੇ ਦੇ ਵੱਲ ਨੂੰ ਭੱਜਿਆ ਤਾਂ ਰਸਤੇ ਦੇ ਵਿੱਚ ਇਸ ਦੇ ਇੱਕ ਗੋਲੀ ਲੱਗਦੀ ਹੈ। ਪਰ ਕਿਹਾ ਜਾ ਰਿਹਾ ਕਿ ਜਿਵੇਂ ਹੀ ਇਹ ਥਾਣੇ ਤੋਂ ਪਹਿਲਾਂ ਡਿੱਗ ਜਾਂਦਾ ਤਾਂ ਉੱਥੇ ਹੀ ਉਸਦੀ ਮੌਤ ਹੋ ਜਾਂਦੀ ਹੈ। ਤਾਂ ਦੱਸਦੀ ਕਿ ਬੇਹੱਦ ਹੀ ਹੈਰਾਨ ਕਰ ਦੇਣ ਵਾਲਾ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਬਦਮਾਸ਼ਾਂ ਦੇ ਹੌਸਲੇ ਲਗਾਤਾਰ ਬੁਲੰਦ ਨਜ਼ਰ ਆ ਰਹੇ ਨੇ ਤੇ ਇੱਕ ਨੌਜਵਾਨ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਕਿਹਾ ਜਾ ਰਿਹਾ ਕਿ ਪਹਿਲਾਂ ਇਸ ਨੌਜਵਾਨ ਦੇ ਮਗਰ ਜਦੋਂ ਇਹ ਬਦਮਾਸ਼ ਪੈਂਦੇ ਨੇ ਤਾਂ ਇਹ ਆਪਣੀ ਜਾਨ ਬਚਾਉਣ ਦੇ ਲਈ ਥਾਣੇ ਦੇ ਵੱਲ ਭੱਜਦਾ, ਪਰ ਰਸਤੇ ਦੇ ਵਿੱਚ ਇਸ ਨੂੰ ਇੱਕ ਗੋਲੀ ਲੱਗਦੀ ਹੈ ਤੇ ਥਾਣੇ ਤੋਂ ਕੁਝ ਦੂਰੀ ਤੋਂ ਪਹਿਲਾਂ ਹੀ ਜਦੋਂ ਇਹ ਜ਼ਮੀਨ ਦੇ ਉੱਤੇ ਡਿੱਗ ਪੈਂਦਾ ਤਾਂ ਇਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ। ਤਾਂ ਮਾਮਲਾ ਅੰਮ੍ਰਿਤਸਰ ਦੇ ਗੇਟ ਹਕੀਮਾਂ ਤੋਂ ਸਾਹਮਣੇ ਆਇਆ। ਥਾਣੇ ਦੇ ਬਾਹਰ ਇਹ ਸਾਰਾ ਕਿਹਾ ਜਾ ਰਿਹਾ ਕਿ ਕਤਲਕਾਂਡ ਵਾਪਰਿਆ ਜਿੱਥੇ ਕਿ ਇੱਕ ਨੌਜਵਾਨ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਕਿਹਾ ਜਾ ਰਿਹਾ ਕਿ ਇਸ ਨੂੰ ਹਸਪਤਾਲ ਦੇ ਵਿੱਚ ਜਦੋਂ ਲਿਜਾਇਆ ਗਿਆ ਤਾਂ ਉੱਥੇ ਜਾ ਕੇ ਇਸ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਤਾਂ ਜਾਨ ਬਚਾਉਣ ਦੇ ਲਈ ਜਦੋਂ ਥਾਣੇ ਦੇ ਵੱਲ ਭੱਜਿਆ ਤਾਂ ਉਸ ਸਮੇਂ ਇਸ ਨੂੰ ਗੋਲੀ ਲੱਗ ਜਾਂਦੀ ਹੈ। ਫਿਲਹਾਲ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਇਸ ਦੇ ਨਾਲ ਹੀ ਜੋ ਲੜਕੇ ਦੀ ਮਾਂ ਹੈ ਉਸਦੇ ਵੱਲੋਂ ਕਿਹਾ ਗਿਆ ਕਿ ਪਹਿਲਾਂ ਉਸਦੇ ਬੇਟੇ ਨੂੰ ਕਿਡਨੈਪ ਵੀ ਕੀਤਾ ਗਿਆ ਸੀ ਤੇ ਉਸਦਾ ਕਿਸੇ ਦੇ ਨਾਲ ਲੱਖਾਂ ਰੁਪਏ ਦਾ ਲੈਣ ਦੇਣ ਵੀ ਚੱਲ ਰਿਹਾ ਸੀ। ਤਾਂ ਇਸ ਤਰੀਕੇ ਦੇ ਇਲਜ਼ਾਮ ਜੋ ਨੇ ਲੜਕੇ ਦੀ ਮਾਂ ਦੇ ਵੱਲੋਂ ਲਗਾਏ ਗਏ ਨੇ। ਤਾਂ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿੱਥੇ ਕਿ ਥਾਣੇ ਦੇ ਬਾਹਰ ਇੱਕ ਨੌਜਵਾਨ ਦਾ ਕਤਲ ਹੋਇਆ। ਮੈਂ ਆ ਕੇ ਘਰ ਬਹਿ ਕੇ ਫੋਨ ਚਲਾਉਣ ਇਹ ਬਾਜ਼ਾਰ ਗਿਆ, ਉਹ ਕੋਈ ਗੁਆਂਢੀ ਆਇਆ ਕਹਿੰਦਾ ਤੁਹਾਡੇ ਮੁੰਡੇ ਦੇ ਸੱਟਾਂ ਲੱਗੀਆਂ ਤੇ ਉਹਨੂੰ ਤੁਹਾਡੇ ਮੁੰਡੇ ਅਮਨ ਦੀ ਬਸਤਾ ਲੈ ਕੇ ਗਏ ਆਓ ਤੇ ਮੈਂ ਕਿਹਾ ਮੈਨੂੰ ਫੋਨ ਨੰਬਰ ਦਿਓ ਕੋਈ, ਫਿਰ ਮੈਂ ਇਹਦੇ ਨੰਬਰ ਤੇ ਫੋਨ ਕੀਤਾ, ਉਹ ਸਰ ਨੇ SHO ਸਰ ਨੇ ਚੁੱਕ ਲਿਆ। ਮੈਡਮ ਤੁਹਾਡੇ ਹਸਬੰਡ ਕੀ ਕਰਦੇ ਨੇ? ਕੱਪੜੇ ਦਾ ਸ਼ੋਰੂਮ ਆ ਸਾਡਾ ਦਰਬਾਰ ਸਾਹਿਬ ਦੇ। ਮੈਡਮ ਤੁਹਾਨੂੰ ਕਿੰਨੇ ਵਜੇ ਫੋਨ ਆਇਆ ਜੀਰੋ ਕਿਨਾਵਾ? ਅੱਜ ਕਿਸੇ ਨਾਲ ਲੜਾਈ ਝਗੜਾ ਕੋਈ ਹੋਇਆ? ਅੱਜ ਕੋਈ ਫੋਨ ਆਈ ਇਹਨੂੰ? ਫਿਰ ਤੋਂ ਮੇਰੇ ਨਾਲ ਆ 4 ਤੁਸੀਂ CCTV ਕਢਾਓ, 4 ਵਜੇ ਅਸੀਂ ਰਜਿਸਟਰੀ ਕਰਾਈ ਤੇ ਅਸੀਂ ਗਾਰਡਨ ਐਨਕਲੇਵ ਗਏ, ਆਪਣੀ ਜਗ੍ਹਾ ਦੀ ਮਿੰਤੀ ਕਰਾਈ, ਉੱਥੋਂ ਦੀ ਵੀ ਕਢਾਓ। ਹੈਲੋ, ਫਿਰ ਅਸੀਂ ਉੱਥੋਂ ਰਾਹ ਚੋ ਗੜੀ ਬਣਾਉਣੀ ਸੀ, ਦਹੀਂ ਲੈ ਕੇ ਰਾਹ ਚੋ ਮੋਨੀ ਵਾਲੇ ਚੌਂਕੋਂ ਉਹ ਬੰਦਾ ਮਿਲਿਆ, ਉਹਨੂੰ ਬਰਫੀ ਖਲਾਈ, ਵਧਾਈਆਂ ਬਰਫੀ ਖਲਾਈ, ਘਰ ਆਇਆ ਕਹਿੰਦਾ ਮੰਮਾ ਪਾਲਕ ਬਚੀ ਪਈ ਆ। ਮੈਂ ਕਿਹਾ ਹਾਂ, ਕਹਿੰਦਾ ਪਕੌੜੇ ਉਹ ਸਭ ਖਾ ਪੀ ਕੇ ਇਹ ਆਪਣਾ ਚਲ ਗਿਆ, ਮੈਂ ਆਪਣਾ ਚਲ ਗਈ। ਫਿਰ ਇਹਨੇ ਅਜੇ ਮੈਡਮ ਕਿਸੇ ਨਾਲ ਲੜਾਈ ਝਗੜਾ ਸੀਗਾ ਇਹਦਾ? ਮੈਨੂੰ ਕੁਛ ਵੀ ਨਹੀਂ, ਅਸੀਂ ਕਦੀ ਲੜੇ ਨਹੀਂ ਕਿਸੇ ਨਾਲ ਵੀ। ਜਦੋਂ ਮੇਰੀ ਕਿਡਨੈਪਿੰਗ ਹੋਈ ਸੀ ਉਸ ਤੋਂ ਬਾਅਦ ਕੋਈ ਧਮਕੀ ਆਈ ਹੋਵੇ ਜਾਂ ਕੋਈ ਲੜਾਈ? ਹਾਂ, ਉਸ ਤੋਂ ਬਾਅਦ ਥੋੜੇ ਦਿਨ ਪਹਿਲਾਂ ਨਾ ਇੱਕ ਫੋਨ ਆਇਆ ਵਾ, ਕਹਿੰਦਾ ਇੱਕ 20,000 ਰੁਪਇਆ ਦੇ ਦੇ ਮੈਨੂੰ ਤੇ ਆਪਾਂ ਕਿਤੇ ਨਿਕਲਣਾ, ਆਪਾਂ ਜ਼ਮਾਨਤ ਤੇ ਆਏ ਹੋਏ ਆ। ਉਹਨਾਂ ਨੂੰ ਪਤਾ ਸੀਗਾ ਕਿ ਲੋਗੀ ਨੂੰ ਅਸੀਂ 3,00,000 ਰੁਪਇਆ ਇਹਨੂੰ 15 ਮਿੰਟਾਂ 'ਚ ਕਰਾ ਦਿੱਤਾ ਸੀ ਅਰੇਂਜਮੈਂਟ, ਉਹ ਰਿਕਾਰਡਿੰਗ ਹੋਣੀ ਮੇਰੇ ਕੋਲ ਵੀ ਹੈਗੀ ਵੀ ਸਾਨੂੰ ਇੱਕ 20,000 ਰੁਪਇਆ ਦੇ ਦੇ, ਅਸੀਂ ਜ਼ਮਾਨਤ ਤੇ ਆਏ ਹਾਂ, ਅਸੀਂ ਨਿਕਲਣਾ ਕਿਤੇ। ਇਹ ਕਹਿੰਦਾ ਫਿਰ ਨਿਕਲਣਾ ਤਾਂ ਨਿਕਲੋ, ਮੇਰੇ ਕੋਲ ਕਿਉਂ ਮੰਗਦੇ ਪਏ? ਤੇ ਇਹ ਉਹ ਕਹਿੰਦੇ ਕਿ ਚੱਲ ਕੋਈ ਨਹੀਂ ਤੈਨੂੰ ਦੇਖ ਲਵਾਂਗੇ, ਮੇਰੇ ਕੋਲ ਹੀ ਰਿਕਾਰਡਿੰਗ ਹੈਗੀ ਮੇਰੇ ਫੋਨ 'ਚ। ਕਹਿੰਦੇ ਤੂੰ ਕਹਿੰਦਾ ਘੰਟੇ ਦੇ ਵਿੱਚ ਵਿੱਚ ਆਹ ਵਾਲਾ ਕਿਊ ਆਰ ਆ ਇਹਦੇ 'ਤੇ 20,000 ਰੁਪਇਆ ਪਾ ਦੇ। ਇਹ ਕਹਿੰਦਾ ਕਿ ਮੈਂ ਨਹੀਂ ਪਾ ਸਕਦਾ, ਇਹ ਕਹਿੰਦਾ 1 ਘੰਟੇ ਦਾ ਟਾਈਮ ਦਿਓ, ਮੇਰੇ ਕੋਲ ਅਜੇ ਨਹੀਂ ਹੈਗੇ, ਮੇਰੇ ਕੋਲ ਰਿਕਾਰਡਿੰਗ ਹੈਗੀ, 1 ਘੰਟੇ ਦਾ ਟਾਈਮ ਦਿਓ, ਮੇਰੇ ਕੋਲ ਅਜੇ ਨਹੀਂ ਹੈਗੀ। 1 ਘੰਟੇ ਬਾਅਦ ਫੋਨ ਆਇਆ, ਮੈਂ ਤੁਹਾਨੂੰ ਹੁਣ ਕਿਸੇ 'ਤੇ ਸ਼ੱਕ ਹੈਗਾ? ਉਹ ਕਹਿੰਦਾ
ਉਹ ਕਹਿੰਦਾ ਕਿ ਘੰਟੇ, ਫਿਰ ਕਹਿੰਦਾ ਘੰਟੇ ਤੱਕ ਰੀਫੇ ਫੋਨ ਆਇਆ, ਕਹਿੰਦਾ ਨਹੀਂ ਪਾਏ, ਨਹੀਂ ਪਾਏ ਵੈਸੇ, ਕੋਈ ਨੀ ਤੈਨੂੰ ਆਪੇ ਦੇ। ਮੈਡਮ ਤੁਹਾਨੂੰ ਕਿਸੇ ਤੇ ਹੁਣ ਸ਼ੱਕ ਹੈਗਾ? ਮੈਨੂੰ ਨਹੀਂ ਪਤਾ ਕੁਛ ਵੀ, ਮੇਰਾ ਮੁੰਡਾ ਸਵੇਰ ਤੋਂ ਮੇਰੇ ਨਾਲ ਆ ਲਾਇਆ ਦਾ ਵਿਆਜ ਦਾ ਪਤਾ ਨੀ ਕੀ। ਜਿਹਦੀ ਡੈਡ ਬੋਡੀ ਸਾਡੇ ਕੋਲ ਹੋਸਪਿਟਲ 'ਚ ਮੌਜੂਦ ਆ, ਛੇਤੀ ਜਿਹੜੀਆਂ ਸੀ ਸੀ ਟੀ ਵੀ ਖੰਗਾਲੇ ਜਾ ਰਹੇ, ਟੀਮਾਂ ਲੱਗੀਆਂ, ਛੇਤੀ ਤੁਹਾਨੂੰ ਇਹਨਾਂ ਦੇ ਜਿਹੜੇ ਕਤਲਾਂ ਨੂੰ ਫੜ ਕੇ ਅਤੇ ਤੁਹਾਨੂੰ ਦੱਸ ਦਿੱਤਾ। ਕਤਲ ਕਿੱਥੇ ਕੀਤਾ ਗਿਆ? ਇਹ ਗੇਟ ਘੀਮਾਂ ਦੇ ਲੱਗੇ। ਕਿੱਥੇ? ਥਾਣੇ ਦੇ ਬਾਹਰ? ਥਾਣੇ ਦੇ ਲੱਗੇ। ਕਿਹੜੇ ਹਾਲਾਤਾਂ 'ਚ ਤੁਹਾਨੂੰ ਮਿਲਿਆ ਇਹ? ਜ਼ਖਮੀ ਹਾਲਾਤਾਂ 'ਚ ਲਿਆ, ਉਸੇ ਵੇਲੇ ਅਸੀਂ ਥਾਣੇ ਲਏ। ਇਹਦੇ ਇੱਕ ਗੋਲੀ ਲੱਗੀ ਹੈ ਜੀ ਫਿਲਹਾਲ, ਤੇ ਇੱਕ ਗੋਲੀ ਜਿਹੜੀ ਲੱਗੀ ਹੈ ਜੀ। ਕਹਿਣ ਦਾ ਮਤਲਬ ਕਿੰਨੇ ਗਨ ਫਾਇਰ ਹੋਏ, ਕੁਝ ਆਈਡੀਆ ਹੈ ਜੀ? ਮੈਂ ਇਹ ਇੱਕ ਗੋਲੀ ਲੱਗੀ ਸੀ, ਚੁੱਕ ਕੇ ਲਿਆ ਹੈ। ਹਾਂਜੀ, ਤੇ ਹੁਣ ਕੀ ਕਾਰਵਾਈ ਮਚ ਲਿਆਂਦੀ ਜਾ ਰਹੀ ਹੈ? ਐਫ ਆਈ ਆਰ ਦਰਜ ਹੋ ਰਹੀ ਹੈ ਜੀ, ਜੋ ਜਿਵੇਂ ਸਥਿਤ ਕਰ ਲਾ ਵੀ ਕੋਈ ਹੈਗਾ ਸੀ ਉਹ ਕਰ ਰਹੇ ਆ ਜੀ ਸਾਰਾ ਜੋ ਵੀ ਉਹਦੀ ਮਦਦ ਵੱਲੋਂ ਜਿਹੜੇ ਬੰਦਿਆਂ ਦੇ ਨਾਂ ਲਿੱਤੇ ਜਾ ਰਹੇ ਆ ਉਹ ਕੋਈ ਗੱਲ ਨਹੀਂ, ਵੈਰੀਫਾਈ ਕਰਾਂਗੇ ਜੀ, ਜੋ ਵੀ ਸਾਹਮਣੇ ਆਊਗਾ ਨਾ ਸਾਰਾ ਕੁਝ ਕੰਗਾਲ ਕੇ ਤੁਹਾਨੂੰ ਦੱਸਿਆ ਜਾਊਗਾ ਜੀ ਬਾਅਦ ਵਿੱਚ। ਹਾਂਜੀ।